ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ ਪੰਜਾਬ ਬਿਜ਼ਨਸ ਪਲੈਨ ਵਿੱਚ। ਸੋ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਖੇਤੀ ਵਿੱਚ ਉਤਸ਼ਾਹ ਅਤੇ ਬਿਜ਼ਨਸ ਬਾਰੇ। ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਕਿਸਾਨ ਸਾਲਾਨਾ ਆਮਦਨ ਉੱਨੀ ਨਹੀਂ ਕਮਾ ਪਾਉਂਦੇ ਜਿੰਨੀ ਉਹ ਮਿਹਨਤ ਕਰਦੇ ਹਨ, ਅਤੇ ਉਹਨਾਂ ਦਾ ਖੇਤੀ ਦਾ ਬਿਜ਼ਨਸ ਉਹਨਾਂ ਦੇ ਬਜਟ ਤੋਂ ਬਾਹਰ ਹੁੰਦਾ ਜਾ ਰਿਹਾ, ਅਤੇ ਉਹ 50% ਨਹੀਂ 99% ਰਿਸਕ ਲੈ ਕੇ ਰੈਂਟ 'ਤੇ ਖੇਤੀ ਕਰਦੇ ਹਨ। ਇਹ ਕਿਸਾਨ ਵੀਰ ਦਿਨੋਂ ਦਿਨ ਫਾਈਨਾਂਸ ਵਿੱਚ ਕਮਜ਼ੋਰ ਹੁੰਦੇ ਜਾ ਰਹੇ ਹਨ, ਕਿਉਂਕਿ ਕਿਸਾਨ ਵੀਰ ਮੰਗ ਅਤੇ ਕੀਮਤ ਦੇ ਕਾਨੂੰਨ ਨੂੰ ਫੋਲੋ ਨਹੀਂ ਕਰਦੇ। ਨਤੀਜੇ ਵਜੋਂ ਜ਼ਮੀਨਾਂ ਦੇ ਠੇਕੇ ਵਧਾ ਰਹੇ ਹਨ। ਇਸ ਤੋਂ ਇਲਾਵਾ ਦੇਖਣ ਵਿੱਚ ਆਇਆ ਕਿ ਕਿਸਾਨ ਵੀਰ ਜ਼ਮੀਨ ਠੇਕੇ 'ਤੇ ਲੈਣ ਵੇਲੇ ਮੁਕਾਬਲੇਬਾਜ਼ੀ ਦੀ ਭਾਵਨਾ ਰੱਖਦੇ ਹਨ, ਵਧਾ ਚੜ੍ਹਾ ਕੇ ਠੇਕਾ ਲਾਉਂਦੇ ਹਨ ਅਤੇ ਦੂਸਰਿਆਂ ਦਾ ਫਾਇਦਾ ਕਰਦੇ ਹਨ, ਅਤੇ ਆਪਣਾ ਯੂਨੀਅਨ ਨਹੀਂ ਬਣਾ ਪਾਉਂਦੇ ਅਤੇ ਆਪਣਾ ਨੁਕਸਾਨ ਕਰ ਪੈਂਦੇ ਹਨ ਜਦੋਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਕਿਸੇ ਵੀ ਖੇਤਰ ਵਿੱਚ ਪੈਸਾ ਕਮਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਏਕਤਾ ਦੀ ਵੱਡੀ ਲੋੜ ਹੈ, ਅਤੇ ਇਹ ਐਜੂਕੇਸ਼ਨ ਬਹੁਤ ਹੋਣੀ ਜ਼ਰੂਰੀ ਹੈ, ਭਾਵ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਕਰਨਾ ਹੈ। ਇਸ ਲਈ ਸਾਡੇ ਕਿਸਾਨ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ ਅਤੇ ਦੂਜਿਆਂ 'ਤੇ ਜਲਦੀ ਵਿਸ਼ਵਾਸ ਕਰ ਲੈਂਦੇ ਹਨ। ਜੇਕਰ ਤੁਸੀਂ ਵੀ ਕਣਕ ਝੋਨੇ ਦੇ ਚੱਕਰ ਵਿੱਚੋਂ ਨਿਕਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਟ੍ਰੇਨਿੰਗ ਦੀ ਜ਼ਰੂਰਤ ਪਵੇਗੀ। ਵਧੀਆ ਮੁਨਾਫਾ ਲੈਣ ਲਈ ਤੁਹਾਨੂੰ ਮੰਡੀਕਰਨ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਅਤੇ ਜੇਕਰ ਅੱਜ ਗੱਲ ਕਰੀਏ ਵਪਾਰ ਦੀ ਤਾਂ ਅੱਜ ਦੇ ਲੋਕ ਬਹੁਤ ਜ਼ਿਆਦਾ ਪੜ੍ਹਾਈ ਕਰਦੇ ਹਨ ਫਿਰ ਵੀ ਇਕੋਨਮੀ ਰਾਈਜ਼ ਨਹੀਂ ਕਰ ਪਾਉਂਦੇ। ਇਸ ਲਈ ਜੇ ਤੁਸੀਂ ਵਿਸ਼ਵਾਸ ਨਾਲ ਕੋਈ ਵੀ ਬਿਜ਼ਨਸ ਕਰਨਾ ਹੈ ਤਾਂ ਬਹੁਤ ਜ਼ਿਆਦਾ ਡਿਗਰੀਆਂ ਦੀ ਤੁਹਾਨੂੰ ਲੋੜ ਨਹੀਂ, ਤੁਸੀਂ ਉਹ ਬਿਜ਼ਨਸਮੈਨ ਬਣ ਸਕਦੇ ਹੋ ਜਿਸ ਹੇਠਾਂ ਕਾਲਜ ਦੇ ਟੋਪਰ ਕੰਮ ਕਰਦੇ ਹਨ, ਟੋਪਰ ਇੰਪਲੋਈ ਰਹਿੰਦੇ ਹਨ, ਹੈ ਨਾ ਕਮਾਲ ਦੀ ਗੱਲ। ਸੋ ਦੋਸਤੋ, ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਜੇਕਰ ਤੁਸੀਂ ਸਾਡੀਆਂ ਵੀਡੀਓਜ਼ ਇਸੇ ਤਰ੍ਹਾਂ ਜਾਰੀ ਰੱਖਦੇ ਹੋ ਦੇਖਣੀਆਂ ਤਾਂ ਤੁਸੀਂ ਜ਼ਰੂਰ ਇੱਕ ਨਾ ਇੱਕ ਦਿਨ ਜ਼ਿੰਦਗੀ 'ਚ ਗੋਲ ਹਾਸਲ ਕਰ ਲਵੋਗੇ। ਆਓ ਹੁਣ ਗੱਲ ਕਰਦੇ ਹਾਂ ਵਿਕਸਿਤ ਕੰਟਰੀਆਂ ਬਾਰੇ। ਜੇਕਰ ਅਮਰੀਕਾ, ਡਬਈ, ਰਸ਼ੀਆ ਵਰਗੇ ਦੇਸ਼ ਵਿਕਸਿਤ ਹਨ ਤਾਂ ਉਹ ਬਿਜ਼ਨਸਮੈਨ ਕਰਕੇ ਹੈ, ਕਿਉਂਕਿ ਇਹਨਾਂ ਨੇ ਐਮਾਜ਼ੋਨ, ਬੁਰਜ ਖਲੀਫਾ, ਪਾਰਕ, ਹੋਟਲ ਇਹੋ ਜਿਹੀਆਂ ਸਹੂਲਤਾਂ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਹਨ, ਅਤੇ ਲੋਕ ਉੱਥੇ ਤਾਂ ਕਰਕੇ ਜ਼ਿਆਦਾ ਘੁੰਮਣ ਫਿਰਨ ਜਾਂਦੇ ਹਨ, ਅਤੇ ਉਹਨਾਂ ਦੀ ਦੇਸ਼ਾਂ ਦੀ ਇਕੋਨਮੀ ਜਿਹੜੀ ਹੈ ਉਹ ਜ਼ਿਆਦਾ ਰਾਈਜ਼ ਹੁੰਦੀ ਰਹਿੰਦੀ ਹੈ। ਅਤੇ ਉੱਥੇ ਸਕੂਲਾਂ ਵਿੱਚ ਸ਼ੁਰੂ ਤੋਂ ਹੀ ਬਿਜ਼ਨਸ ਬਾਰੇ ਜ਼ਿਆਦਾ ਦੱਸਿਆ ਜਾਂਦਾ ਹੈ, ਪਰ ਆਪਣੇ ਦੇਸ਼ ਵਿੱਚ ਰਾਜਾਂ ਬਾਰੇ ਅਤੇ ਸਾਇਨ ਕੋਜ ਬਾਰੇ ਜ਼ਿਆਦਾ ਦੱਸਿਆ ਜਾਂਦਾ ਹੈ। ਅਜੇ ਤਾਂ ਆਪਣੇ ਸਕੂਲਾਂ ਦੇ ਸਿਲੇਬਸ ਵਿੱਚ ਬਿਜ਼ਨਸ ਬਾਰੇ ਵਿਸ਼ਾ ਹੀ ਨਹੀਂ ਹੈ ਜੋ ਕਿ ਮੈਥ ਵਿੱਚ ਹੋਣਾ ਚਾਹੀਦਾ ਸੀ। ਬਸ ਇਹੀ ਸਿਖਾਇਆ ਜਾਂਦਾ ਹੈ ਕਿ ਜਿਵੇਂ ਸਰਕਾਰੀ ਨੌਕਰੀ ਬਹੁਤ ਹੀ ਆਸਾਨ ਹੈ, ਉੱਥੇ ਕੋਚਿੰਗ ਸੈਂਟਰ ਬਹੁਤ ਵਧੀਆ, ਪਰ ਅਸ ਖੇਤੀ ਬਾਰੇ ਜਿਸ ਨਾਲ ਲੋਕ ਢਿੱਡ ਭਰ ਕੇ ਸੌਂਦੇ ਆ ਉਹਨਾਂ ਦੀ ਗੱਲ ਕਰਨੀ ਤਾਂ ਦੂਰ, ਸਗੋਂ ਉਹਨਾਂ ਬਾਰੇ ਧਿਆਨ ਵੀ ਨਹੀਂ ਦਿੱਤਾ ਜਾਂਦਾ। ਮੇਰੇ ਖਿਆਲ ਵਿੱਚ ਉਹਨਾਂ ਨੂੰ ਡਰੈਗਨ ਫਰੂਟ, ਚੰਦਨ ਦੀ ਖੇਤੀ, ਅਜਿਹੀਆਂ ਚੀਜ਼ਾਂ ਦੀ ਖੇਤੀ ਬਾਰੇ ਦੱਸਣਾ ਬਣਦਾ ਹੈ ਜੇਕਰ ਕ੍ਰਾਈਮ ਦੂਰ ਕਰਨਾ ਹੈ, ਕਿਉਂਕਿ ਭੁੱਖ, ਬੇਰੁਜ਼ਗਾਰੀ ਅਤੇ ਕ੍ਰਾਈਮ ਆਪਸ ਵਿੱਚ ਕੜੀ ਜੋੜਦੇ ਹਨ। ਹਾਂਜੀ, ਹੁਣ ਗੱਲ ਕਰਦੇ ਹਾਂ ਜੀ ਉਹਨਾਂ ਦੁਨੀਆ ਦੇ ਚਾਰ ਤਰ੍ਹਾਂ ਦੇ ਲੋਕਾਂ ਬਾਰੇ। ਅਮਰੀਕਾ ਦੇ ਮਹਾਨ ਅਰਥ ਸ਼ਾਸਤਰੀ ਰੋਬਰਟ ਕਿਓਸਾਕੀ ਦੇ ਅਨੁਸਾਰ ਦੁਨੀਆ ਵਿੱਚ ਚਾਰ ਵਰਗ ਦੇ ਲੋਕ ਰਹਿੰਦੇ ਹਨ। ਪਹਿਲੇ ਦੋ, ਜਿਨ੍ਹਾਂ ਦੀ ਇਨਕਮ ਐਕਟਿਵ ਰਹਿੰਦੀ ਹੈ, ਅਤੇ ਅਖੀਰਲੇ ਦੋ ਉਹ ਜਿਨ੍ਹਾਂ ਦੀ ਇਨਕਮ ਪੈਸਿਵ ਰਹਿੰਦੀ ਹੈ। ਐਕਟਿਵ ਇਨਕਮ ਜਿਵੇਂ ਇੰਪਲੋਈਜ਼ ਆ ਗਏ, ਸੈਲਫ ਇੰਪਲੋਈਜ਼ ਆ ਗਏ, ਪੈਸਿਵ ਇਨਕਮ ਜਿਵੇਂ ਬਿਜ਼ਨਸਮੈਨ ਅਤੇ ਇਨਵੈਸਟਰ ਆ ਗਏ। ਦੁਨੀਆ ਦੇ 95% ਲੋਕ ਐਕਟਿਵ ਇਨਕਮ ਵਾਲੇ ਆ ਅਤੇ 5% ਲੋਕ ਪੈਸਿਵ ਇਨਕਮ ਵਾਲੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ 5% ਲੋਕਾਂ ਕੋਲ ਦੁਨੀਆ ਦਾ 95% ਹਿੱਸਾ ਪੈਸਾ ਹੈ ਅਤੇ 95% ਲੋਕਾਂ ਕੋਲ 5% ਪੈਸਾ ਹੈ।
ਹਾਂਜੀ ਅੱਗੇ ਦੇਖੀਏ ਤਾਂ 5% ਲੋਕ ਉਹ ਲੋਕ ਹਨ ਜਿਨ੍ਹਾਂ ਕੋਲ ਕੋਈ ਵੱਡੀਆਂ ਡਿਗਰੀਆਂ ਨਹੀਂ, ਅਤੇ ਇਹ ਲੋਕ ਆਪਣੇ ਹੇਠਾਂ 95% ਲੋਕ ਜਿਹੜੇ ਕਾਲਜ ਵਿੱਚੋਂ ਟੌਪ ਕਰਦੇ ਹਨ ਉਹਨਾਂ ਨੂੰ ਇੰਪਲੋਈ ਰੱਖਦੇ ਹਨ। ਇਹ ਤਾਂ ਕਰਕੇ ਹੈ ਕਿਉਂਕਿ ਇਹਨਾਂ ਲੋਕਾਂ ਨੇ ਕਦੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਗਿਣਿਆ ਅਤੇ ਹਮੇਸ਼ਾ ਸਮਾਰਟ ਵਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਅਸੀਂ ਆਸ ਕਰਾਂਗੇ ਕਿ ਤੁਸੀਂ ਬਿਜ਼ਨਸਮੈਨ ਜਾਂ ਇਨਵੈਸਟਰ ਕੈਟਾਗਰੀ 'ਚ ਆਉਣਾ ਹੈ, ਕਿਉਂਕਿ ਤੁਸੀਂ ਉਹ ਇਨਸਾਨ ਬਣਨਾ ਹੈ ਜੋ ਖੁਦ ਕਮਾ ਕੇ ਵੀ ਦੂਸਰਿਆਂ ਨੂੰ ਦੇ ਸਕੇ, ਨਾ ਕਿ ਸਰਕਾਰਾਂ ਦੇ ਹੱਥ ਵੱਲ ਝਾਕਦਾ ਰਹੇ ਕਿ ਇਹ ਸਰਕਾਰ ਕੁਝ ਦੇਵੇਗੀ ਜਾਂ ਉਹ ਦੇਵੇਗੀ। ਦੋਸਤੋ ਸਾਨੂੰ ਇਹ 4 ਗੱਲਾਂ ਜ਼ਿੰਦਗੀ 'ਚ ਜ਼ਰੂਰ ਫੋਲੋ ਕਰਨੀਆਂ ਚਾਹੀਦੀਆਂ ਨੇ। ਇੱਕ ਤਾਂ ਤੁਹਾਨੂੰ ਬਹੁਤ ਵੱਡੇ ਸੁਪਨੇ ਲੈਣੇ ਚਾਹੀਦੇ ਆ, ਅਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਤੁਸੀਂ ਸਾਨੂੰ ਇਹ ਵਿਸ਼ਵਾਸ ਰੱਖਣਾ ਚਾਹੀਦਾ ਕਿ ਤੁਸੀਂ ਇਹ ਕਰੋਗੇ, ਅਤੇ ਦੂਜਾ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ, ਅਤੇ ਨਾਲ ਹੀ ਤੁਹਾਨੂੰ ਜ਼ਿੰਦਗੀ ਵਿੱਚ ਆਪਣਾ ਇੱਕ ਵਧੀਆ ਟਾਈਮ ਟੇਬਲ ਬਣਾ ਕੇ ਚੱਲਣਾ ਚਾਹੀਦਾ ਹੈ। ਜਿੰਨਾ ਤੁਸੀਂ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰੋਗੇ ਓਨਾ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰੋਗੇ ਅਤੇ ਓਨੇ ਹੀ ਤੁਸੀਂ ਵਧੀਆ ਜ਼ਿੰਦਗੀ ਦੇ ਫੈਸਲੇ ਲਵੋਗੇ। ਹਾਂਜੀ, ਤੁਹਾਨੂੰ ਆਪਣੇ ਕੰਮ ਲਈ ਗੋਲ ਲਈ ਖੁਦ ਜ਼ਿੰਮੇਵਾਰ ਹੋਣਾ ਜ਼ਰੂਰੀ ਹੈ। ਅੱਜ ਤੋਂ ਹੀ ਜੇਕਰ ਤੁਸੀਂ ਕਾਮਯਾਬ ਹੋਣਾ ਤਾਂ ਤੁਸੀਂ ਜ਼ਿੰਮੇਵਾਰ ਬਣੋ, ਕਿਉਂਕਿ ਸਫਲਤਾ ਦੇ ਰਾਹ ਦਾ ਮਾਈਲਸਟੋਨ ਹੈ। ਕਦੇ ਵੀ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਜਾਣਕਾਰ ਨਾ ਸਮਝੋ ਅਤੇ ਕੁਝ ਨਵਾਂ ਸਿੱਖਣ ਦੀ ਹਮੇਸ਼ਾ ਆਦਤ ਪਾਓ। ਜਿੰਨੇ ਵੀ ਮਹਾਨ ਵਿਅਕਤੀ ਹੋਏ ਉਹਨਾਂ ਸਾਰਿਆਂ ਨੇ ਟਾਈਮ ਟੇਬਲ ਜ਼ਰੂਰ ਫੋਲੋ ਕੀਤਾ ਹੈ। ਇਸ ਨਾਲ ਸਾਨੂੰ ਸਮੇਂ ਦੀ ਬੱਚਤ ਕਰਨੀ ਆਉਂਦੀ ਹੈ, ਭਾਵੇਂ ਅਸੀਂ ਖੇਤ 'ਚੋਂ ਹੀ ਭਲਾ ਕੰਪਨੀ 'ਚ। ਹੋਰ ਜ਼ਿਆਦਾ ਬਿਜ਼ਨਸ ਵੀਡੀਓ ਲਈ ਸਾਡੇ ਨਾਲ ਜੁੜੇ ਰਹੋ। ਅਸੀਂ ਆਸ ਕਰਦੇ ਹਾਂ ਕਿ ਸਾਡੀ ਵੀਡੀਓ ਤੁਹਾਨੂੰ ਬਹੁਤ ਵਧੀਆ ਪਸੰਦ ਆਈ ਹੋਵੇਗੀ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲਵੋ, ਕੀ ਪਤਾ ਕਿਹੜਾ ਬਿਜ਼ਨਸ ਤੁਹਾਡੇ ਫਿੱਟ ਆ ਜਾਏ, ਕਿਉਂਕਿ ਅਸੀਂ ਘੱਟ ਰਿਸਕ ਅਤੇ ਵੱਧ ਮੁਨਾਫੇ ਵਾਲਾ ਬਿਜ਼ਨਸ ਪਲਾਨ ਲੈ ਕੇ ਆਉਂਦੇ ਰਹਾਂਗੇ। ਸੋ ਇਹ ਚੈਨਲ ਬਣਿਆ ਵੀ ਉਹਨਾਂ ਸੂਰਵੀਰ ਦਰਸ਼ਕਾਂ ਅਤੇ ਕਿਸਾਨਾਂ ਲਈ ਹੈ ਜੋ ਜ਼ਿੰਦਗੀ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹਨ, ਭੀੜ ਤੋਂ ਹਟ ਕੇ ਕਰਨਾ ਚਾਹੁੰਦੇ ਹਨ। ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਜਲਦੀ ਹਾਜ਼ਰ ਹੋਵਾਂਗੇ ਇੱਕ ਨਵੇਂ ਬਿਜ਼ਨਸ ਪਲਾਨ ਨਾਲ। ਤਦ ਤੱਕ ਦੀ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।